ਸਿੱਖਿਆ ਚੰਨ ਤੇ ਸੂਰਜ ਚੜ੍ਹਨਾ ਬੰਦੇ ਕੋਲ ਨਾ ਸਿੱਖਿਆ ਇਲਮਾਂ ਵਾਲੇ ਰੱਬ ਤੋਂ ਸਿੱਖ ਕੇ ਨਾਲ ਕਰਨ ਦੇ ਲਿਖਿਆ ਬੂਟੇ ਸੱਜੇ ਕਰਦੇ ਸਾਰੇ ਨਾਲ ਕਰਨ ਅਸਮਾਨ ਉੱਚੀਆਂ ਸ਼ਾਨਾਂ ਵਾਲੇ ਰੱਬ ਨੇ ਉੱਚੇ ਸਬਕ ਪੜ੍ਹਾ ਆਪ ਸਿਖਾਵੇ ਆਪ ਪੜ੍ਹਾਵੇ ਆਪ ਪੁੱਛੇ ਰਹਿਮਾਨ ਮਿਹਰਬਾਨੀ ਹੈ ਕਿ ਅਸਾਂ ਜੇ ਗੁਨਾਹਗਾਰਾਂ ਕੋਲੋਂ ਇਤਨਾ ਵੱਡਾ ਕੰਮ ਸਾਡੇ ਸਪੁਰਦ ਕੀਤਾ ਅਸੀਂ ਤਾਂ ਲਿਖਣੇ ਚ ਪਿੱਛੇ ਰਹੇ ਹਾਂ ਬੋੜੀ ਜੀ ਨੇ ਕਲਮ ਪੜ੍ਹਾਈ ਤੇ ਬੰਨ ਵਿੱਚ ਰੋਕ ਕੇ ਲਿਖਿਆ ਬਹੁਤ ਬੁੱਕੀਆਂ ਬਹੁਤੇ ਖਾਦੇ ਆਦਿ ਵੀ ਨਹੀਂ ਸਿੱਖਿਆ ਅਸਾਂ ਇਹਦਾ ਹੌਸਲਾ ਮਿਲਿਆ ਕਿ ਕੰਧਾਰਾ ਇਨਕੋ ਬੋਰਡ ਦੇ ਸੇ ਸਦੱਸਿਆ ਹੈ ਔਰ ਖਾਸ ਕਰ ਜਯਉਦੀਨ ਸਾਹਿਬ ਦੀ ਮੁਹੱਬਤ ਇਨਕੋ ਦੇ ਨਾਲ ਕਿ ਕਿੱਥੋਂ ਕਿੱਥੋਂ ਢੂੰਡ ਕੇ ਇਹਨਾਂ ਨੇ ਉਹ ਕਲਾਮ ਜਿਹੜੇ ਬਿਲਕੁਲ ਜ਼ਾਇਆ ਪਏ ਹੁੰਦੇ ਆ ਜਿਸ ਤਰ੍ਹਾਂ ਮਲਿਕ ਕਪੂਰ ਸਾਹਿਬ ਦਾ ਜ਼ਿਕਰ ਜਯਉਦੀਨ ਸਾਹਿਬ ਨੇ ਕੀਤਾ ਕਿ ਉਹ ਅਰਸੇ ਤੋਂ ਉਹਨਾਂ ਦਾ ਮੁਸੱਦਾ ਤਾਰੇ ਚੁਗੁਲਦਾ ਆ ਪਿਆ ਇਹਨਾਂ ਜਦ ਪਤਾ ਲੱਗਿਆ ਕਿ ਗੈਰ ਤੁਸੀਂ ਜਾ ਕੇ ਉਹਨਾਂ ਕੋਲੋਂ ਉਹ ਲਿੱਤਾ ਔਰ ਉਹਨਾਂ ਨੇ ਕਿਹਾ ਕਿ ਮੈਂ ਸਮਝਣਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਔਰ ਫਿਰ ਇਹਨਾਂ ਨੇ ਉਸਨੂੰ ਛਾਪਿਆ ਔਰ ਛਾਪੇ ਤੋਂ ਬਾਅਦ ਅੱਜ ਸਾਡੇ ਸਾਹਮਣੇ ਉਹ ਕੁਰਾਨ ਪਾਕ ਜੋ ਪੂਰੇ ਅਲਿਫ ਲਾਮ ਮੀਮ ਤੋਂ ਨਾਸ ਤੱਕ ਉਹ ਪੂਰਾ ਤਰਜਮਾ ਮੌਜੂਦ ਹੈ ਜਿਸ ਤਰ੍ਹਾਂ ਅਸੀਂ ਪੜ੍ਹ ਕੇ ਮੁਸਤਫੀਜ ਕਰਨੇ ਹਾਂ ਔਰ ਅਸਾਂ ਉਸ ਦੇ ਉੱਤੇ ਫਖਰ ਇਹ ਵੇ ਕਿ ਉਹ ਹਿੰਕੋ ਜ਼ੁਬਾਨ ਹੈ ਜੀ ਔਰ ਹਿੰਕੋ ਜ਼ੁਬਾਨ ਦੇ ਫਰੋਗ ਵਾਸਤੇ ਇੱਕ ਅੱਲਾਹ ਤਾਲਾ ਦਾ ਕਲਾਮ ਜਿਹੜਾ ਸਾਡੀ ਜ਼ੁਬਾਨ ਵਿੱਚ ਅਸਾਂ ਲਿਖਣਾ ਨਸੀਬ ਹੋਇਆ ਇਹ ਹਿੰਕੋ ਨਹੀਂ ਬਲਕਿ ਪੂਰੇ ਹਜ਼ਾਰੇ ਵਾਸਤੇ ਬਲਕਿ ਪੂਰੇ ਹਿੰਕੋ ਜ਼ੁਬਾਨ ਵਾਸਤੇ ਇੱਕ ਇਜ਼ਾਜ਼ ਹੈ ਕਿ ਕੁਰਾਨ ਪਾਕ ਅਸੀਂ ਹਿੰਕੋ ਜ਼ੁਬਾਨ ਵਿੱਚ ਪੜ੍ਹ ਸਕਦੇ ਇਸ ਦੇ ਨਾਲ ਮੈਂ ਇਹ ਸਮਝਣਾ ਕਿ ਇਨਕੋ ਦੇ ਫਰੋਗ ਵਾਸਤੇ ਮੇਰੇ ਜੈਸੇ ਗੋਸ਼ਾ ਨਸ਼ੀਨ ਮੈਂ ਸਾਂ ਕਿ ਅਸੀਂ ਬਾਹਰ ਆ ਗਏ ਹਾਂ ਔਰ ਇਸ ਵਕਤ ਇਸ ਆਲਮੀ ਕਾਨਫਰੰਸ ਦੀ ਸਟੇਜ ਤੋਂ ਮੇਰੇ ਜੈਸਾ ਬੰਦਾ ਵੀ ਬੋਲ ਰਿਹਾ ਔਰ ਮੈਂ ਸਮਝਣਾ ਕਿ ਜਿਸ ਵਕਤ ਹਰੀਪੁਰ ਦੀ ਤਾਰੀਖ ਲਿਖੀ ਜਾ ਸੀ ਇਹ ਜ਼ਰੂਰ ਇਸ ਕਾਨਫਰੰਸ ਦਾ ਜ਼ਿਕਰ ਹੋ ਸੀ ਮੈਂ ਸਭ ਸ਼ੁਰਕਾਏ ਸਾਹਿਬ ਖਵਾਤੀਨ ਦਾ ਸ਼ੁਕਰੀਆ ਅਦਾ ਕਰਨਾ ਵਾਖਿਰ ਅੱਲਾਹ